ਅੱਜ ਵੀ ਐਸ਼ੇ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਕਹਾਣੀ ਭਾਬੀ ਮੈਨਾ ਆਵਾਜ਼ ਮਨਪ੍ਰੀਤ ਤੋਂ ਹੁੰਦਾ ਛੇੜ ਦੀ ਇੱਕ ਗਲੀ ਦੇ ਦੋ ਆਹਮੋ ਸਾਹਮਣੇ ਘਰਾਂ ਵਿੱਚਕਾਰ ਮਸਾਂ ਤਿੰਨ ਸਾਢੇ ਤਿੰਨ ਗੱਜ ਦੀ ਵਿੱਥ ਸੀ ਦੋ ਬਾਰੀਆਂ ਵੀ ਪਹਿਲੀ ਛੱਤ ਉੱਤੇ ਆਹਮੋ ਸਾਹਮਣੇ ਖੁੱਲ੍ਹਦੀਆਂ ਸਨ ਇੱਕ ਵਿੱਚੋਂ ਸਾਹਮਣੇ ਕੰਧ ਨਾਲ ਵੱਡਾ ਸ਼ੀਸ਼ਾ ਲਟਕਿਆ ਦਿਖਦਾ ਸੀ ਹੋਰ ਚੀਜ਼ਾਂ ਇਸ ਕਮਰੇ ਵਿੱਚ ਥੋੜੀਆਂ ਹੀ ਸਨ ਇੱਕ ਮੰਜੀ ਇੱਕ ਪੀੜੀ ਇਕ ਆਲੇ ਵਿੱਚ ਦੋ ਚਾਰ ਕਿਤਾਬਾਂ ਕੰਗੀ, ਤੇਲ, ਕੰਦ ਉੱਤੇ ਇੱਕ ਦੋ ਤਸਵੀਰਾਂ, ਟੋਕਰੀ ਵਿੱਚ ਦੋ ਚਾਰ ਕੱਪੜੇ। ਇਹ ਛੋਟਾ ਜਿੰਨਾ ਕਮਰਾ ਸੀ ਤੇ ਇਸ ਵਿੱਚ ਸਿਵਾਏ ਇੱਕੋ ਇਸਤਰੀ ਦੇ ਕੋਈ ਹੋਰ ਸੂਰਤ ਘਾਟੀ ਕਦੇ ਵੇਖੀ ਗਈ ਸੀ। ਇਹ ਕਦੇ ਕਸੀਦਾ ਕੱਢਦੀ, ਕਦੇ ਕਿਤਾਬ ਪੜ੍ਹਦੀ, ਕਦੇ ਉਂਦੀ ਪਾਈ ਬੈਠੀ ਹੁੰਦੀ ਤੇ ਕਦੇ ਸ਼ੀਸ਼ੇ ਸਾਹਮਣੇ ਖਲੋ ਕੇ ਵਾਲਾਂ ਨੂੰ ਕਿੰਨਾ ਕਿੰਨਾ ਚਿਰ ਕੰਗੀ ਕਰਦੀ ਰਹਿੰਦੀ। ਕੰਗੀ ਇਹ ਕਰਦੀ ਵੀ ਕਈ ਵਾਰੀ ਸੀ। ਘਰਦਿਆਂ ਦਾ ਖਿਆਲ ਸੀ ਕਿ ਇਹਨੂੰ ਕੰਗੀ ਦਾ ਝਲ ਲੇ। ਇਦੇ ਵਾਲ ਲੰਮੇ ਵੀ ਬੜੇ ਸਨ ਜਦੋਂ ਇਹ ਉੜਕ ਕੇ ਉਹਨਾਂ ਦੀ ਲੰਮਾਈ ਵੇਖਦੀ ਤਾਂ ਗਿੱਟੇ ਛੋਕਤ ਦੇ ਸਨ ਜੇ ਕਿਸੇ ਨੇ ਇਹ ਚਾਨਣੇ ਵੇਖੇ ਹੁੰਦੇ ਤਾਂ ਉਹਨਾਂ ਦੀ ਲਿਸ਼ਕ ਦਾ ਵੀ ਉਹਨੂੰ ਜ਼ਰੂਰ ਪਤਾ ਹੁੰਦਾ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਉਹਨੂੰ ਆਪਣੇ ਵਾਲਾਂ ਦਾ ਬੜਾ ਮਾਣ ਸੀ ਇਹ ਜਵਾਨ ਸੀ ਸੁਨਖਸ਼ ਤੇ ਲੰਮੀ ਇਹਦੀਆਂ ਅੱਖਾਂ ਦਾ ਰੰਗ ਸਾਹਮਣੀ ਬਾਰੀ ਵਿੱਚੋਂ ਨਹੀਂ ਸੀ ਦੇਖ ਸਕਦਾ ਪਰ ਦਿੱਖ ਬੜੀ ਮਿੱਠੀ ਤੇ ਉਦਾਸ ਸੀ ਇਹ ਬਹੁਤ ਚਿਰ ਆਪਣੀ ਬਾਰੀ ਦੀ ਰੌਂਸ ਉੱਤੇ ਬੈਠੀ ਹੰਝੂ ਕੇਰਦੀ ਰਹਿੰਦੀ ਸੀ ਕਦੇ ਬਾਰੀ ਵਿੱਚੋਂ ਸਿਰ ਲਮਕਾ ਕੇ ਬਾਹਰ ਵੇਖਦੀ ਨੂੰ ਕਿਸੇ ਨਹੀਂ ਸੀ ਤੱਕਿਆ ਪਰ ਗਲੀ ਵਾਲਿਆਂ ਨੂੰ ਇਹਦੀ ਬੈਠਕ ਦਾ ਅਹਿਸਾਸ ਜ਼ਰੂਰ ਹੁੰਦਾ ਸੀ ਕਦੇ ਕੋਈ ਲੰਘਦੀ ਜਾਂਦੀ ਆਵਾਜ਼ ਵੀ ਮਾਰ ਲੈਂਦੀ ਸੀ ਤੇ ਇਹ ਬੜੇ ਮਿੱਠੇ ਲਹਿਜੇ ਵਿੱਚ ਜ਼ਰਾ ਕੋ ਉਲਰ ਕੇ ਜਵਾਬ ਦੇ ਦਿੰਦੀ ਸੀ ਜਦੋਂ ਇਹ ਕਮਰੇ ਵਿੱਚ ਨਾ ਹੋਵੇ ਤਾਂ ਬਾਰੀ ਬੰਦ ਹੋ ਜਾਂਦੀ ਸੀ ਪਰ ਸਿਆਲ ਵਿੱਚ ਲੋਢੇ ਕੋ ਵੇਲੇ ਤੇ ਗਰਮੀਆਂ ਦੇ ਦਿਨਾਂ ਵਿੱਚ 12:00 ਵਜੇ ਇਹ ਬਾਰੀ ਜ਼ਰੂਰ ਖੁੱਲਦੀ ਸੀ ਤੇ ਇਸ ਬਾਰੀ ਵਿੱਚ ਜਰਾ ਕੋ ਉਪਾਸਾ ਪਰਤ ਕੇ ਉਹ ਬੈਠੀ ਹੁੰਦੀ ਸੀ ਤੇ ਕਦੇ-ਕਦੇ ਗਲੀ ਵੱਲ ਝਾਕ ਲਿਆ ਕਰਦੀ ਸੀ ਉਵੇਂ ਇੱਕ ਬੱਚਾ ਜਹ ਲੜਕਾ ਬਸਤਾ ਫੜੀ ਗਲੀ ਦਾ ਮੋੜ ਮੁਰਦਾ ਦੇਸ ਪੈਂਦਾ ਇਹ ਕੰਮ ਛੱਡ ਕੇ ਬਾਰੀ ਦੇ ਜੰਗਲੇ ਦੀਆਂ ਗੁੱਡੀਆਂ ਵਿੱਚੋਂ ਉਧਰ ਤੱਕਦੀ ਰਹਿੰਦੀ ਉਹ ਲੜਕਾ ਵੀ ਕਦੇ-ਕਦੇ ਉਹ ਤਾਂ ਤੱਕਦਾ ਤੇ ਫਿਰ ਆਪਣੇ ਘਰ ਵੜ ਜਾਂਦਾ ਉਹਦੇ ਪੌੜੀਆਂ ਚੜਨ ਦੀ ਟੁੱਪ ਟੁੱਪ ਇਸਤਰੀ ਦੇ ਕੰਨਾਂ ਵਿੱਚ ਹੁੰਦੀ ਉਹ ਕਦੇ ਉਸ ਘਰ ਨਹੀਂ ਸੀ ਗਈ ਪਰ ਉਹਨੂੰ ਉਹਨਾਂ ਦੀ ਪੌੜੀ ਦੇ ਅੱਡਿਆਂ ਦੀ ਗਿਣਤੀ ਯਾਦ ਸੀ ਹਰ ਅੱਡੇ ਉੱਤੇ ਪੈਂਦੇ ਪੈਰਾਂ ਨੂੰ ਉਹਨਾਂ ਦੀ ਆਵਾਜ਼ ਦੇ ਨਾਲ ਉਸਨੇ ਕਈ ਵਾਰੀ ਆਪਣੀ ਛਾਤੀ ਨਾਲ ਘੁੱਟਿਆ ਸੀ ਦੂਜੇ ਘਰ ਕੋਈ ਬੂਹਾ ਖੁੱਲਦਾ ਉਹ ਤੱਕੇ ਬਿਨਾਂ ਹੀ ਮਹਿਸੂਸ ਕਰਦੀ ਕਿ ਸਾਹਮਣੀ ਬੈਠਕ ਵਿੱਚ ਕੋਈ ਵੜਿਆ ਹੈ ਬਸ ਤਾਂ ਇੱਕ ਪਾਸੇ ਧਰ ਉਹ ਲੜਕਾ ਕੁਝ ਚਿਰ ਆਪਣੀ ਬਾਰੀ ਖੋਲ ਕੇ ਸਾਹਮਣੀ ਬਾਰੀ ਵੱਲ ਵੇਖਦਾ ਇਸਤਰੀ ਉਧਰ ਨਹੀਂ ਸੀ ਤੱਕਦੀ ਪਰ ਉਹਨੂੰ ਪਤਾ ਹੁੰਦਾ ਸੀ ਕਿ ਉਹਦੇ ਇੱਕ ਪਾਸੇ ਉਹ ਅੱਖਾਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਦਾ ਰਾਹ ਉਹ ਰੋਜ਼ ਤੱਕਦੀ ਰਹਿੰਦੀ ਸੀ ਤੇ ਜੇ ਕਿਸੇ ਦਿਨ ਉਹਨੂੰ ਸਕੂਲੋਂ ਆਉਂਦਿਆਂ ਦੇਰ ਹੋ ਜਾਏ ਤਾਂ ਆਉਂਦੇ ਮੁੰਡਿਆਂ ਕੋਲੋਂ ਉਹ ਪੁੱਛਣਾ ਚਾਹੁੰਦੀ ਸੀ ਕਾਕਾ ਕਿਉਂ ਨਹੀਂ ਆਇਆ ਪਰ ਪੁੱਛਿਆ ਉਸ ਕਦੀ ਨਹੀਂ ਸੀ ਕਾਕਾ ਬੈਠਕ ਦਾ ਬੂਹਾ ਭੀੜ ਕੇ ਕੋਠੇ ਉੱਤੇ ਚੜ ਜਾਂਦਾ ਸੀ ਕਿੰਨਾ ਹੀ ਚਿਰ ਇਸ ਤਰ੍ਹਾਂ ਲੰਘ ਗਿਆ ਕਾਕਾ ਹੁਣ 13 ਸਾਲਾਂ ਦਾ ਹੋਣ ਲੱਗਾ ਉਹਦੀ ਦਿਲਚਸਪੀ ਸਾਹਮਣੀ ਬਾਰੀ ਵਿੱਚ ਉਸਨੂੰ ਕੁਝ ਵਧੇਰੇ ਸਵਾਦਲੀ ਮਹਿਸੂਸ ਹੋਣ ਲੱਗ ਪਈ ਇੱਕ ਦਿਨ ਉਸ ਆਪਣੀ ਮਾਂ ਕੋਲੋਂ ਪੁੱਛਿਆ ਸਾਡੇ ਘਰ ਸਾਰੇ ਆਉਂਦੇ ਨੇ ਪਰ ਸਾਹਮਣੇ ਘਰੋਂ ਕਦੇ ਕੋਈ ਕਿਉਂ ਨਹੀਂ ਆਇਆ ਕਾਕਾ ਇਕੱਲਾ ਭਾਬੜਿਆਂ ਦਾ ਘਰ ਸਾਡੀ ਗਲੀ ਵਿੱਚ ਏ ਇਹ ਲੋਕ మాਸ ਤੋਂ ਬੜਾ ਪਰਹੇਜ਼ ਕਰਦੇ ਨੇ ਇਹ ਇਸ ਲਈ ਸਿੱਖਾਂ ਨਾਲ ਕੋਈ ਵਰਤੋਂ ਵਿਹਾਰ ਨਹੀਂ ਰੱਖਦੇ ਪਰ ਮਾਂ ਅਸੀਂ ਤਾਂ ਮਾਸ ਨਹੀਂ ਖਾਂਦੇ ਇਹ ਸਮਝਦੇ ਨੇ ਸਾਰੇ ਸਿੱਖ ਮਾਸ ਖਾਂਦੇ ਨੇ ਤੇ ਕੀ ਇਹ ਘਰੋਂ ਵੀ ਬਾਹਰ ਨਹੀਂ ਨਿਕਲਦੇ ਨਿਕਲਦੇ ਨੇ ਪਰ ਹੈ ਇਹ ਦੁਖੀ ਜਾ ਘਰ ਮੌਤ ਨੇ ਇਸ ਘਰ ਬੜਾ ਉਜਾੜਾ ਪਾਇਆ ਏ ਇੱਕੋ ਇੱਕ ਪੁੱਤਰ ਰਹਿ ਗਿਆ ਸੀ ਉਹਨੂੰ ਵਿਆਹ ਆ ਪਰ ਦੋ ਕੁ ਵਰਿਆਂ ਮਗਰੋਂ ਉਹ ਵੀ ਮਰ ਗਿਆ ਮੋਏ ਪਿੱਛੋਂ ਇੱਕ ਬਾਲ ਹੋਇਆ ਉਹ ਵੀ ਵਰਾ ਜਿਉਂਦਾ ਨਾ ਰਿਹਾ ਹੁਣ ਤਿੰਨੇ ਰੰਡੀਆਂ ਰੋਣ ਤੋਣ ਨੂੰ ਰਹਿ ਗਈਆਂ ਨੇ ਉਹ ਬਾਲ ਕਿਹਦਾ ਸੀ ਮੈਨਾਂ ਦਾ ਜਿੰਨੂੰ ਤੂੰ ਕਈ ਵਾਰੀ ਬਾਰੀ ਵਿੱਚ ਬੈਠਿਆਂ ਵੇਖਿਆ ਹੋਵੇਗਾ ਉਹ ਮਾਂ ਹਰ ਵੇਲੇ ਬਾਰੀ ਵਿੱਚ ਕਿਉਂ ਬੈਠੀ ਰਹਿੰਦੀ ਏ ਉਹ ਲੋਕ ਜਵਾਨ ਰੰਡੀਆਂ ਨੂਹਾਂ ਦੀ ਬੜੀ ਰਾਖੀ ਕਰਦੇ ਨੇ ਤੇ ਕੰਮ ਵੀ ਘਰ ਵਿੱਚ ਬਹੁਤਾ ਹੋਇਆ ਕੋਈ ਨਾ ਰਾਖੀ ਕਿਉਂ ਕਰਦੇ ਨੇ ਐਵੇਂ ਕਿਸੇ ਨਾਲ ਕੋਈ ਘਰ ਦੀ ਗੱਲ ਕਰਨ ਗਈਆਂ ਖੁਸ਼ ਜੁਨਾ ਰਹਿੰਦੀਆਂ ਹੋਈਆਂ ਮਾਂ ਜਿੰਨੀਆਂ ਜਨਾਨੀਆਂ ਸਾਡੇ ਘਰ ਆਉਂਦੀਆਂ ਨੇ ਕਿਸੇ ਨੂੰ ਤੁਸੀਂ ਕਹਿੰਦੇ ਹੋ ਚਾਚੀ ਆਖਾਂ ਕਿਸੇ ਨੂੰ ਮਾਸੀ ਕਿਸੇ ਨੂੰ ਭੂਆ ਆਖਾਂ ਜੇ ਇਹ ਕਦੇ ਮੈਨੂੰ ਮਿਲੇ ਤੇ ਮੈਂ ਕੀ ਆਖਾਂ ਕੌਣ ਮੈਂ ਨਾ ਹਾਂਜੀ ਜਿਹੜੀ ਬਾਰੀ ਵਿੱਚ ਬੈਠੀ ਰਹਿੰਦੀ ਏ ਇਹ ਤੇਰੀ ਭਾਬੀ ਏ ਇਹਦਾ ਘਰ ਵਾਲਾ ਤੇਰੀ ਗਲੀ ਦਾ ਭਰਾ ਹੁੰਦਾ ਸੀ ਬੜਾ ਚੰਗਾ ਮੁੰਡਾ ਸੀ ਇਹ ਮੈਨਾਂ ਕਿਸ ਤਰ੍ਹਾਂ ਦਾ ਨਾਂ ਹੋਇਆ ਤੈਨੂੰ ਚੰਗਾ ਨਹੀਂ ਲੱਗਾ ਨਹੀਂ ਬੜਾ ਚੰਗਾ ਲੱਗਾ ਏ ਪਰ ਮੈਂ ਅੱਗੇ ਇਹੋ ਜਿਹਾ ਨਾਂ ਨਹੀਂ ਸੁਣਿਆ ਮੈਨਾਂ ਉਹੀ ਹੁੰਦੀ ਹੈ ਨਾ ਜਿਹੜੀ ਮਾਮਾ ਜੀ ਦੇ ਘਰ ਪਿੰਜਰੇ ਵਿੱਚੋਂ ਬੜੀਆਂ ਪਿਆਰੀਆਂ ਗੱਲਾਂ ਕਰਦੀ ਏ ਤੋਤਾ ਐਡਾ ਸੋਹਣਾ ਨਹੀਂ ਬੋਲਦਾ ਹਾਂ ਉਹੀ ਮਾਂ ਮੈਨੂੰ ਇੱਕ ਮੈਨਾਂ ਲੈ ਦੇਓਗੇ ਕਾਕਾ ਤੋਂ ਆਪਣੇ ਮਾਮੇ ਨੂੰ ਹੀ ਆਖੀ ਕੁਝ ਦਿਨਾਂ ਬਾਅਦ ਕਾਕੇ ਦੀ ਬੈਠਕ ਵਿੱਚ ਇੱਕ ਪਿੰਜਰਾ ਟੰਗਿਆ ਹੋਇਆ ਸੀ ਇਹ ਪਿੰਜਰਾ ਜੇ ਉਹ ਕੋਠੇ ਤੇ ਜਾਂਦਾ ਤਾਂ ਨਾਲ ਲੈ ਜਾਂਦਾ ਆਪਣੀ ਮੈਨਾ ਨੂੰ ਕਾਕੇ ਨੇ ਸਿਖਾਇਆ ਭਾਬੀ ਮੈਨਾ ਬਾਰੀ ਵਿੱਚ ਬੈਠੀ ਏ ਬਾਰੀ ਵਾਲੀ ਮੈਨਾ ਨੇ ਕਾਕੇ ਨਾਲ ਕਦੇ ਗੱਲ ਨਹੀਂ ਸੀ ਕੀਤੀ ਪਰ ਉਹਨੂੰ ਚੰਗਾ ਲੱਗਦਾ ਸੀ ਪਿੰਜਰੇ ਵਾਲੀ ਮੈਨਾ ਜਦੋਂ ਆਂਦੀ ਸੀ ਭਾਬੀ ਮੈਨਾ ਬਾਰੀ ਵਿੱਚ ਬੈਠੀ ਏ ਸਿਆਲ ਦੀਆਂ ਰਾਤਾਂ ਵਿੱਚ ਭਾਬੀ ਮੈਨਾ ਆਪਣੇ ਕਮਰੇ ਵਿੱਚ ਸੌਂਦੀ ਸੀ ਇਮਤਿਹਾਨ ਨੇੜੇ ਆਉਣ ਕਰਕੇ ਕਾਕਾ ਵੀ ਕੁਝ ਦਿਨਾਂ ਤੋਂ ਬੈਠਕ ਵਿੱਚ ਹੀ ਸੌਣ ਲੱਗ ਪਿਆ ਸੀ। ਭਾਬੀ ਮੈਨਾਂ ਨੂੰ ਕਈ ਵਾਰ ਸੁੱਤੇ ਕਾਕੇ ਦੇ ਸਾਹ ਦੀ ਆਵਾਜ਼ ਆਉਂਦੀ ਸੀ। ਉਹ ਕਿੰਨਾ ਚਿਰ ਮੰਜੇ ਤੋਂ ਉੱਠ ਕੇ ਸੁਣਦੀ ਰਹਿੰਦੀ ਸੀ। ਉਹਦੀ ਉਮਰ ਹੁਣ 5ਂ ਵਰਿਆਂ ਦੀ ਹੋਣ ਵਾਲੀ ਸੀ। ਕਾਕਾ 13 ਦਾ ਪੂਰਾ ਨਹੀਂ ਸੀ ਹੋਇਆ। ਉਹ ਦਿਲ ਵਿੱਚ ਆਂਦੀ ਸੀ ਜੇ ਕਦੇ ਇਸ ਬੱਚੇ ਨਾਲ ਬੋਲਣ ਦੀ ਖੁੱਲ ਹੋਵੇ, ਮੈਂ ਇਹਨੂੰ ਸਕੂਲੋਂ ਆਉਂਦੇ ਨੂੰ ਬਾਹਰੀ ਵਿੱਚੋਂ ਸਿਰ ਕੱਢ ਕੇ ਵੇਖ ਸਕਦੀ ਹੋਵਾਂ, ਮੈਂ ਇਹਦੇ ਨਾਲ ਗੱਲ ਕਰ ਸਕਦੀ ਹੋਵਾਂ। ਤੇ ਜਦੋਂ ਕਦੇ ਇਹ ਬਿਮਾਰ ਹੋਵੇ ਮੈਂ ਇਹਦੇ ਘਰ ਜਾ ਕੇ ਇਹਦੇ ਮੰਜੇ ਉੱਤੇ ਬਹਿ ਸਕਾਂ ਬਿਮਾਰੀ ਵਿੱਚ ਕਿਸੇ ਨੂੰ ਕਿਸੇ ਖਰਾਬੀ ਦਾ ਕੀ ਡਰ ਹੋ ਸਕਦਾ ਫਿਰ ਆਪੇ ਕਹਿੰਦੀ ਮੈਨੂੰ ਕਿਸੇ ਨਹੀਂ ਖੁੱਲ ਦੇਣੀ ਐ ਮੈਂ ਇਸੇ ਹੀ ਕਮਰੇ ਵਿੱਚ ਬੁੱਢੀ ਹੋ ਜਾਣਾ ਹੈ ਮੇਰੇ ਵਾਲ ਮੇਰੀ ਸੱਸ ਦੇ ਵਾਲਾਂ ਵਾਂਗ ਭੁਰ ਜਾਣਗੇ ਕਾਕੇ ਦਾ ਵਿਆਹ ਹੋ ਜਾਏਗਾ ਇਹ 바ਰੀ ਫੇਰ ਇਸ ਤਰ੍ਹਾਂ ਖੁੱਲੀ ਨਹੀਂ ਰਹਿਣੀ ਫੇਰ ਮੈਂ ਕਿਹੜੀ ਉਡੀਕ ਵਿੱਚ ਇਸ ਹਨੇਰੀ ਜ਼ਿੰਦਗੀ ਦੇ ਲੰਮੇ ਦਿਨ ਤੇ ਲੰਮੀਆਂ ਰਾਤਾਂ ਕੱਟਿਆ ਕਰਾਂਗੀ ਇਹ ਸੋਚਦਿਆਂ ਉਹਨੂੰ ਗੋਤਾ ਜਿਹਾ ਆਇਆ ਉਬਸਰੇ ਵਿੱਚੋਂ ਉੱਠ ਕੇ ਬਾੜੀ ਵਿੱਚ ਗਈ ਰਾਤ ਚਾਨਣੀ ਸੀ ਖੁੱਲੀ ਬਾੜੀ ਵਿੱਚੋਂ ਮਾੜਾ ਮਾੜਾ ਚਾਨਣ ਕਾਕੇ ਦੇ ਮੂੰਹ ਉੱਤੇ ਪੈ ਰਿਹਾ ਸੀ ਕਾਕਾ ਕੂਕ ਸੁੱਤਾ ਪਿਆ ਸੀ ਉਹਦਾ ਸਾਹ ਉੱਚਾ ਉੱਚਾ ਆ ਰਿਹਾ ਸੀ ਮੈਨਾਂ ਦੇ ਜੀ ਵਿੱਚੋਂ ਉਬਾਲ ਜੈ ਉੱਠਿਆ ਉਸਨੇ ਦੋ ਘਰਾਂ ਦੀ ਵਿੱਤ ਜਾਚੀ ਬੜੀ ਥੋੜੀ ਜਾਪੀ ਕਦੇ ਬਾੜੀਆਂ ਦੀਆਂ ਦੋਹਾਂ ਬੰਨੀਆਂ ਉੱਤੇ ਆਪਣੀ ਮੰਜੀ ਢਾਹ ਕੇ ਪੁਲ ਬਨ ਲਵਾਂ ਮੈਂ ਕਾਕੇ ਕੋਲ ਪਹੁੰਚ ਜਾਵਾਂ ਮੈਂ ਉਹਨੂੰ ਜਗਾਵਾਂਗੀ ਨਹੀਂ ਉਹਦਾ ਮੂੰਹ ਦੂਰੋਂ ਚੁੰਮ ਕੇ ਆਪਣੇ ਕਮਰੇ ਵਿੱਚ ਆ ਜਾਵਾਂਗੀ ਪਰ ਨਾ ਉਹ ਵਿਥ ਇੰਨੀ ਥੋੜੀ ਸੀ ਤੇ ਨਾ ਉਹਦੀ ਰੀਜ ਜਿੰਨੀ ਉਹਦੇ ਵਿੱਚ ਹਿੰਮਤ ਸੀ ਉਹ ਮੰਜੀ ਉੱਤੇ ਆ ਲੰਮੀ ਪਈ ਕੁਝ ਜਰ ਬਾਅਦ ਕਾਕੇ ਦੀ ਬੈਠਕ ਵਿੱਚੋਂ ਆਵਾਜ਼ ਆਈ ਭਾਬੀ ਮੈਂ ਨਾ ਉਹ ਚੌਂਕ ਕੇ ਫੇਰ ਉੱઠી ਪਰ ਉਹ ਪਿੰਜਰੇ ਦੀ ਮੈਨਾ ਦੀ ਆਵਾਜ਼ ਸੀ ਕਾਕਾ ਉਸੇ ਪਾਸੇ ਸੁੱਤਾ ਪਿਆ ਸੀ ਉਸ ਘੜੀ ਮੈਨਾ ਦੀ ਸੱਸ ਕਿਤੇ ਟੱਟੀ ਪਿਸ਼ਾਬ ਲਈ ਉੱઠી ਸੀ ਉਹ ਸੁਣਿਆ ਮੈਨਾ ਦੇ ਕਮਰੇ ਵਿੱਚ ਕੁਝ ਖੜਾਕ ਹੋਇਆ ਸੀ ਨਾਲੇ ਉਸ ਨੂੰ ਭਾਬੀ ਮੈਂ ਨਾ ਸੁਨੰਦਾ ਵੀ ਭੁਲੇਖਾ ਜਿਹਾ ਸੀ ਉਸਨੇ ਮੈਨਾ ਨੂੰ ਆਵਾਜ਼ ਦਿੱਤੀ ਮੈਨਾ ਅੰਦਰੋਂ ਝਟ ਬੋਲ ਪਈ ਸਸਤਾ ਸ਼ੱਕ ਪੱਕਾ ਹੋ ਗਿਆ ਤੂੰ ਸੁੱਤੀ ਨਹੀਂ ਸੈਂ ਮੈਨਾ ਰਾਤ ਤੇ ਅੱਧੀ ਲੰਘ ਗਈ ਏ ਐਵੇਂ ਜਾਗ ਖੁੱਲ ਗਈ ਸੀ ਸੱਸ ਕਮਰੇ ਵਿੱਚ ਆਵੜੀ ਉਸ ਨੂੰ ਸਾਹਮਣੀ ਬਾਰੀ ਵਿੱਚ ਕੋਈ ਸੁੱਤਾ ਜਾਪਿਆ ਆਦਮੀ ਦਾ ਮੂੰਹ ਤੂੰ ਕਿਸੇ ਨਾਲ ਗੱਲਾਂ ਪਈ ਕਰਦੀ ਸੈਂ ਮੈਂ ਕਿਹਦੇ ਨਾਲ ਗੱਲਾਂ ਕਰਨੀਆਂ ਸਨ ਸੱਸ ਨੇ ਫੇਰ ਸਾਹਮਣੀ ਬਾਰੀ ਵੱਲ ਤੱਕਿਆ ਉਹ ਤੇ ਸਰਦਾਰਾਂ ਦਾ ਕਾਕਾ ਏ ਕੂਕ ਸੁੱਤਾ ਪਿਆ ਏ ਮੈਨਾ ਨੇ ਆਖਿਆ ਸੱਸ ਚਲੀ ਗਈ ਪਰ ਭਾਵੇਂ ਕਾਕਾ ਬਿਲਕੁਲ ਬੱਚਾ ਸੀ ਤੇ ਆਪਣੀ ਉਮਰ ਨਾਲੋਂ ਵੀ ਭੋਲਾ ਸੀ ਤਾਂ ਵੀ ਸੀ ਤਾਂ ਮਰਦ ਮਾਣੂ ਵਿਧਵਾਵਾਂ ਦਾ ਕੀ ਕੰਮ ਕਿ ਬੱਚਿਆਂ ਵੱਲ ਵੀ ਇਸ ਤਰ੍ਹਾਂ ਤੱਕਣ ਮੈਨਾ ਸਕੂਲੋਂ ਆਉਂਦੇ ਕਾਕੇ ਨੂੰ ਤੱਕਦੀ ਏ ਕਾਕਾ ਵੀ ਆਉਂਦਾ ਪਹਿਲੋਂ ਬੈਠਕ ਵਿੱਚ ਜਾਂਦਾ ਏ ਤੇ ਬਾਰੀ ਖੁੱਲੀ ਰੱਖਦਾ ਏ ਉਹ ਪਿਛਲੇ ਸਾਲ ਨਾਲੋਂ ਐਤਕੀ ਵੱਡਾ ਵੀ ਚੰਗਾ ਜਾਪਦਾ ਏ ਇਹ ਗੱਲਾਂ ਸੁੱਟ ਪਾਣ ਵਾਲੀਆਂ ਨਹੀਂ ਸਨ ਇਹੋ ਨਿੱਕੀਆਂ ਬਦਲੀਆਂ ਕਦੇ ਕਾਲੀਆਂ ਘਟਾ ਬਣ ਜਾਂਦੀਆਂ ਨੇ ਅੱਜ ਜਦੋਂ ਕਾਕਾ ਸਕੂਲੋਂ ਆਇਆ ਮੈਨਾਂ ਦੀ ਬਾਰੀ ਬੰਦ ਸੀ ਰਾਤੀ ਵੀ ਉਹ ਬਾਰੀ ਬੰਦ ਰਹਿਣ ਲੱਗ ਪਈ ਕਾਕੇ ਦੀ ਜ਼ਿੰਦਗੀ ਦਾ ਵੀ ਇਹ ਬਾਰੀ ਇੱਕ ਹਿੱਸਾ ਬਣਦੀ ਜਾ ਰਹੀ ਸੀ ਉਹਦਾ ਹੁਣ ਖੇਡਾਂ ਵਿੱਚ ਇੰਨਾ ਜੀ ਨਹੀਂ ਸੀ ਲੱਗਦਾ ਮਾਂ ਕੋਲੋਂ ਪੁੱਛਣ ਦਾ ਕੋਈ ਫਾਇਦਾ ਨਹੀਂ ਸੀ ਕਿਉਂਕਿ ਉਸ ਘਰ ਨਾਲ ਕੋਈ ਵਾਹ ਨਹੀਂ ਸੀ ਪੈਂਦਾ ਕਦੇ ਵਿਆਹ ਢੰਗ ਵੇਲੇ ਬਾਜੀ ਦੇਣ ਦਵਾਨ ਲਈ ਦਹਲੀਜ਼ਾਂ ਟੱਪੀਆਂ ਜਾਂਦੀਆਂ ਸਨ ਅੱਜ ਰਾਤ ਹਨੇਰੀ ਸੀ ਮੈਨਾ ਦੀ ਬਾਰੀ ਨਾਲ ਕੋਸਰਮੁਸਰ ਜਈ ਹੋਈ ਜਿਕਰ ਕੋਈ ਕੁੰਜੀਆਂ ਵਟਾ ਵਟਾ ਕੇ ਜੰਦਰਾ ਖੋਲਦਾ ਫੇਰ ਬਾਰੀ ਮਲਕੜੇ ਜਈ ਖੁੱਲੀ ਮੈਨਾ ਨੇ ਉੱਠ ਕੇ ਬੂਏ ਵਿੱਚੋਂ ਘਰ ਦਾ ਖੜਾਕ ਲਿਆ ਫੇਰ ਗਲੀ ਵਿੱਚ ਤੱਕਿਆ ਫੇਰ ਕਾਕੇ ਦਾ ਸਾਹ ਸੁਣਿਆ ਕਾਕਾ ਸੁੱਤਾ ਹੋਇਆ ਸੀ ਹੋਰ ਕਿਸੇ ਨੂੰ ਉਸ ਹਨੇਰੇ ਵਿੱਚ ਕੁਝ ਨਹੀਂ ਸੀ ਦਿਸਦਾ ਪਰ ਮੈਨਾ ਦੀਆਂ ਪਿਆਰ ਟੋਂਦੀਆਂ ਅੱਖਾਂ ਕਾਕੇ ਦਾ ਅੰਗ ਅੰਗ ਵੇਖ ਰਹੀਆਂ ਸਨ ਦੂਜੀ ਕੜੀ ਉਹਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਸ ਤਰ੍ਹਾਂ ਉਹ ਕਾਕੇ ਦੀ ਮੰਜੀ ਉੱਤੇ ਬੈਠੀ ਸੀ ਤੇ ਉਹਦੇ ਕੋਲੇ ਵਾਲਾਂ ਵਿੱਚ ਉਂਗਲਾਂ ਫੇਰ ਰਹੀ ਸੀ ਤੇ ਫੇਰ ਫੇਰ ਕੇ ਉਹਨੂੰ ਜਗਾ ਰਹੀ ਸੀ ਮੈਂਨਾਂ ਦੇ ਕੰਨੀ ਉਹਦੀ ਆਵਾਜ਼ ਪਈ ਕਾਕਾ 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 ਉਹ ਅਜੇ ਵੀ ਸੁੱਤਾ ਹੋਇਆ ਸੀ ਉਹ ਉਹਨੂੰ ਕਹਿ ਰਹੀ ਸੀ ਕਾਕਾ ਤੇਰੀ ਭਾਬੀ ਮੈਂ ਨਾ ਇੱਕ ਘੜੀ ਲਈ ਜਾਗ ਪਾਓ ਇੱਕ ਪਲ ਲਈ ਜਾਗ ਪਾਓ ਇੱਕੋ ਲਵਜ਼ ਇੱਕੋ ਗੱਲ ਇੱਕੋ ਲਵਜ਼ ਇੱਕੋ ਗੱਲ ਫੇਰ ਬਸ ਕਾਕਾ ਉੱਬੜਵਾਏ ਉੱਠਿਆ ਮੈਨਾਂ ਨੂੰ ਬੜੀ ਸ਼ਰਮ ਆਈ ਉਹਨੂੰ ਹੁਣ ਪਤਾ ਲੱਗਾ ਕਿ ਉਹ ਆਪਣੇ ਮਨ ਵਿੱਚ ਨਹੀਂ ਆਪਣੇ ਮੂੰਹ ਨਾਲ ਬੋਲ ਰਹੀ ਸੀ ਤੇ ਕਾਕਾ ਜਾਗ ਪਿਆ ਸੀ ਜੇ ਕੋਈ ਹੋਰ ਵੀ ਜਾਗ ਪਿਆ ਹੋਵੇ ਕਾਕਾ ਆਪਣੀ ਬਾਰੀ ਵਿੱਚ ਆ ਬੈਠਾ ਉਹਨੂੰ ਵੀ ਬਾਰੀ ਦੇ ਹਨੇਰੇ ਵਿੱਚ ਬੈਠੀ ਭਾਬੀ ਮੈਨਾ ਮਹਿਸੂਸ ਹੋ ਰਹੀ ਸੀ ਉਹਨੇ ਕਈ ਵਾਰੀ ਭਾਬੀ ਮੈਨਾ ਨੂੰ ਗਲਵਕੜੀ ਪਾਉਣੀ ਚਾਹੀ ਸੀ ਉਹ ਬੜਾ ਉਦਾਸ ਰਹਿੰਦਾ ਸੀ ਕਿ ਬਾਰੀ ਕਿਉਂ ਬੰਦ ਰਹਿਣ ਲੱਗ ਪਈ ਸੀ ਭਾਬੀ ਮੈਂ ਨਾ ਹਾਂ ਕਾਕਾ ਮੇਰਾ ਸੋਹਣਾ ਕਾਕਾ ਪਰ ਸਰਾ ਹੌਲੀ ਮੈਂ ਹੌਲੀ ਤੋਂ ਵੀ ਹੌਲੀ ਗੱਲ ਤੇਰੀ ਸੁਣ ਲਾਂਗੀ ਮੈਨੂੰ ਵੀ ਤੁਹਾਡੀ ਆਵਾਜ਼ ਸਾਫ਼ ਆ ਰਹੀ ਏ ਤੁਸੀਂ ਬੜੇ ਹੌਲੀ ਬੋਲਦੇ ਹੋ ਹਾਂ ਮੇਰੇ ਪਿਆਰੇ ਕਾਕੇ ਤੁਸੀਂ ਇੰਨੇ ਦਿਨ ਕਿੱਥੇ ਚਲੇ ਗਏ ਸੋ ਮੇਰਾ ਕਮਰਾ ਹਵਾਲਾਤ ਬਣਾ ਦਿੱਤਾ ਗਿਆ ਇਸ ਬਾਰੀ ਨੂੰ ਜਦਰਾ ਵੱਜ ਗਿਆ ਏ ਉਹ ਕਿਉਂ ਉਸ ਦਿਨ ਤੇਰੀ ਮੈਨਾ ਨੇ ਮੈਨੂੰ ਆਵਾਜ਼ ਮਾਰੀ ਸੀ ਮੈਂ ਉੱਠੀ ਸੀ ਮੈਂ ਜਾਤਾ ਤੂੰ ਸੈਂ ਮੇਰੀ ਸੱਸ ਵੀ ਸ਼ਾਮਤ ਨੂੰ ਉਸੇ ਵੇਲੇ ਉੱਠ ਬੈਠੀ ਉਸ ਜਾਤਾ ਮੈਂ ਤੇਰੇ ਨਾਲ ਗੱਲਾਂ ਕਰਦੀ ਸਾਂ ਤਾਂ ਫੇਰ ਕੀ ਹੋਇਆ ਮਾਂ ਨੇ ਆਖਿਆ ਸੀ ਤੁਸੀਂ ਮੇਰੀ ਭਾਬੀ ਹੋ ਕਾਕਾ ਬਹੁਤ ਕੁਝ ਹੋ ਗਿਆ ਹਾਟਕਾ ਨੂੰ ਤਾਲੇ ਲੱਗ ਗਏ ਇਸ ਲਈ ਹੁਣ ਮੈਂ ਇੱਥੋਂ ਚਲੀ ਜਾਣਾ ਏ ਇਸ ਘਰ ਵਿੱਚ ਮੇਰੀ ਇਹ ਆਖੀਰਲੀ ਰਾਤ ਏ ਮੈਂ ਤੈਨੂੰ ਮਿਲ ਕੇ ਜਾਣਾ ਚਾਹੁੰਦੀ ਸਾਂ ਤੂੰ ਕਿ세 ਨੂੰ ਦੱਸੇਂਗਾ ਤਾਂ ਨਹੀਂ ਮੈਂ ਨਹੀਂ ਦੱਸਾਂਗਾ ਭਾਬੀ ਮੈਂ ਨਾ ਪਰ ਤੁਸੀਂ ਕਿਉਂ ਜਾਂਦੇ ਹੋ ਨਾ ਜਾਓ ਮੈਂ ਵੱਡਾ ਹੋਵਾਂਗਾ ਮੇਰਾ ਵਿਆਹ ਹੋਵੇਗਾ ਮੈਂ ਆਪਣੀ ਵੋਟੀ ਨੂੰ ਤੁਹਾਡੇ ਘਰ ਕਰ ਲਾਂਗਾ ਉਹ ਤੁਹਾਨੂੰ ਬੁਲਾਏਗੀ ਤੁਸੀਂ ਉਹਨੂੰ ਮਿਲਣ ਆਉਣਾ ਫੇਰ ਕੋਈ ਕੀ ਆਖੇਗਾ ਤੁਸੀਂ ਨਾ ਜਾਓ ਤੂੰ ਕਾਕਾ ਅਜੇ ਬੜਾ ਛੋਟਾ ਏ ਤੇਰਾ ਵਿਆਹ ਦੂਰ ਏ ਇੰਨੇ ਵਰੇ ਇਸ ਕੈਦਖਾਨੇ ਵਿੱਚ ਕੀ ਕਰ ਕੱਟੇ ਜਾਣਗੇ ਜਦੋਂ ਤੇਰੇ ਵੱਲ ਵੇਖਣਾ ਵੀ ਮੇਰਾ ਬੰਦ ਕੀਤਾ ਗਿਆ ਏ ਤੁਸੀਂ ਕਿੱਥੇ ਜਾਓਂਗੇ ਮੈਂ ਉੱਥੇ ਤੁਹਾਨੂੰ ਮਿਲਣਾ ਆਵਾਂਗਾ ਨਹੀਂ ਕਾਕਾ ਜਿੱਥੇ ਮੈਂ ਚੱਲੀ ਆ ਉੱਥੇ ਸ਼ਾਦੀ ਕੋਈ ਮਰਦ ਦੀ ਜ਼ਾਤ ਮੇਰੇ ਨਾਲ ਗੱਲ ਨਹੀਂ ਕਰ ਸਕੇਗੀ ਤੁਸੀਂ ਉੱਥੇ ਨਾ ਜਾਓ ਮੇਰੇ ਲਈ ਹੋਰ ਕੋਈ ਰਾਹ ਬਾਕੀ ਨਹੀਂ ਰਿਹਾ ਮੈਂ ਪੂਜਣੀ ਹੋਣ ਦਾ ਫੈਸਲਾ ਕਰ ਲਿਆ ਏ ਪੂਜਣੀ ਕੀ ਹੁੰਦੀ ਏ ਉਹ ਭਾਂਬੜਿਆਂ ਦੀਆਂ ਸਾਧੂ ਜਨਾਨੀਆਂ ਜਿਨ੍ਹਾਂ ਦੇ ਸਿਰ ਮੁੰਨੇ ਹੋਏ ਮੂੰਹਾਂ ਉੱਤੇ ਪੱਟੀਆਂ ਤੇ ਪੈਰ ਨੰਗੇ ਹੁੰਦੇ ਨੇ ਨਾ ਭਾਬੀ ਮੈਂ ਨਾ ਤੁਸੀਂ ਕਦੇ ਉਹ ਨਾ ਬਣਨਾ ਮੈਨੂੰ ਉਹਨਾਂ ਕੋਲੋਂ ਬੜਾ ਡਰ ਲੱਗਦਾ ਏ ਉਹਨਾਂ ਦੀਆਂ ਪੱਟੀਆਂ ਉੱਤੇ ਅੱਖਾਂ ਹੋਰ ਹੀ ਤਰ੍ਹਾਂ ਲੱਗਦੀਆਂ ਨੇ ਕਾਕਾ ਮੇਰੇ ਲਈ ਕੋਈ ਰਾਹ ਨਹੀਂ ਰਿਹਾ ਉਸਨੇ ਇੱਕ ਖੇਨੂ ਜਿਹਾ ਕਾਕੇ ਦੀ ਬਾਰੀ ਵਿੱਚੋਂ ਬੈਠ ਕੇ ਅੰਦਰ ਸੁੱਟਿਆ ਇਹ ਮੇਰੀ ਨਿਸ਼ਾਨੀ ਰੱਖੀ ਸਵੇਰ ਨੂੰ ਢੂੰਡ ਲਈ ਹੁਣ ਖੜਾਕ ਨਾਲ ਕੋਈ ਜਾਗ ਨਾ ਪਏ ਤੇ ਮੈਨਾਂ ਦੀ ਬਾਰੀ ਬੰਦ ਹੋ ਗਈ ਜੰਦਰੇ ਵਿੱਚ ਕੁੰਜੀ ਫਿਰਦੀ ਕਾਕੇ ਨੇ ਸੁਣੀ ਬਾਕੀ ਰਾਤ ਉਹ ਸੌ ਨਾ ਸਕਿਆ ਦੂਜੇ ਦਿਨ ਜਦੋਂ ਸਕੂਲੋਂ ਆਇਆ ਤਾਂ ਉਹਦੀ ਮਾਂ ਨੇ ਉਹਨੂੰ ਦੱਸਿਆ ਕਿ ਮੈਂ ਨਾ ਬੜੀ ਦੁਖੀ ਸੀ। ਰੋਜ਼ ਸੱਸ ਲੜਦੀ ਤੇ ਮਿਹਣੇ ਮਾਰਦੀ ਸੀ। ਉਹ ਅੱਕ ਕੇ ਘਰੋਂ ਨਿਕਲ ਗਈ ਏ ਤੇ ਲਿਖ ਕੇ ਛੱਡ ਗਈ ਏ। ਉਹ ਪੂਜਣੀ ਹੋਣ ਚੱਲੀ ਏ। ਪਰ ਮਾਂ ਉਹ ਇੱਥੇ ਪੂਜਣੀ ਨਹੀਂ ਨਹੀਂ ਸੀ ਹੋ ਸਕਦੀ। ਨਹੀਂ ਜਿਨੇ ਪੂਜਣੀ ਹੋਣਾ ਹੋਵੇ ਉਹ ਆਪਣਾ ਸ਼ਹਿਰ ਛੱਡ ਕੇ ਕਿਸੇ ਦੂਜੇ ਸ਼ਹਿਰ ਦੇ ਆਸਰੇ ਵਿੱਚ ਜਾ ਰਹਿੰਦੀ ਏ। ਉਹ ਲੋਕ ਉਹਦੀ ਪੁੱਛਪੜਤਾਲ ਕਰਦੇ ਨੇ ਤੇ ਜੇ ਉਹਦੀ ਨੀਅਤਾਂ ਯਕੀਨ ਹੋ ਜਾਏ ਤੇ ਉਹਦੀ ਪੂਰੀ ਹਿਫਾਜ਼ਤ ਕਰਦੇ ਨੇ। ਚੰਗਾ ਖਵਾਉਂਦੇ ਨੇ ਚੰਗੇ ਕੱਪੜੇ ਪਵਾਉਂਦੇ ਨੇ ਤੇ ਕੁਝ ਦਿਨ ਜੋ ਉਹ ਚਾਹੇ ਕਰਨ ਦਿੰਦੇ ਨੇ ਫੇਰ ਸਿਰ ਮੁੰਨ ਕੇ ਪੂਜਣੀ ਬਣਾ ਦਿੰਦੇ ਨੇ ਉਸ ਦੇ ਬਾਅਦ ਨਾ ਉਹ ਚੰਗਾ ਖਾ ਸਕਦੀ ਏ ਨਾ ਪਹਿਣ ਸਕਦੀ ਏ ਤੇ ਨਾ ਮਰਦਾਂ ਨਾਲ ਗੱਲਾਂ ਕਰ ਸਕਦੀ ਏ ਭਾਬੀ ਮੈਂ ਨਾ ਗਈ ਕਿੱਥੇ ਹੋਵੇਗੀ ਪਤਾ ਲੱਗ ਜਾਏਗਾ ਜੇ ਨੇੜੇ ਦਾ ਕੋਈ ਸ਼ਹਿਰ ਹੋਇਆ ਤੇ ਮੈਨੂੰ ਵਿਖਾ ਲਿਆਉਂਗੇ ਪਿੰਡੀ ਇਹਨਾਂ ਦਾ ਤਕੜਾ ਪਾਸਰਾ ਏ ਉੱਥੇ ਤੇਰੀ ਮਾਸੀ ਵੀ ਏ ਜੇ ਉੱਥੇ ਹੋਇਆ ਤੇ ਦੋ ਦਿਨ ਹੋ ਆਵੀਂ ਤੇਰੀ ਮਾਸੀ ਤੈਨੂੰ ਵਿਖਾ ਦੇਵੇਗੀ ਜਦੋਂ ਕੋਈ ਪੂਜ ਬਣਦਾ ਏ ਸਾਰੇ ਸ਼ਹਿਰ ਵਿੱਚ ਬੜੀ ਰੌਣਕ ਹੁੰਦੀ ਏ ਕਾਕੇ ਨੇ ਮਾਸੀ ਨੂੰ ਲਿਖ ਦਿੱਤਾ ਕਿ ਉਹ ਉਹਦਾ ਪਤਾ ਰੱਖਣ ਪਤਾ ਦੋ ਹਫ਼ਤਿਆਂ ਵਿੱਚ ਸਾਰਿਆਂ ਨੂੰ ਹੋ ਗਿਆ ਸਾਰੀ ਗਲੀ ਵਿੱਚ ਮੈਨਾਂ ਦੀਆਂ ਗੱਲਾਂ ਹੁੰਦੀਆਂ ਸਨ ਬੜੀ ਚੰਗੀ ਜਨਾਨੀ ਸੀ ਕਿਸੇ ਨੇ ਉਹਦਾ ਮੱਥਾ ਨਹੀਂ ਸੀ ਵੇਖਿਆ ਵਾਲ ਕਿੱਡੇ ਸੋਹਣੇ ਸਾਸੂ ਰੱਖਦੀ ਵੀ ਜਾਨ ਨਾਲ ਸੀ ਘੋਨ ਮੋਨ ਕਰ ਦਿੱਤੀ ਜਾਏਗੀ ਪੋਟਿਆਂ ਨਾਲ ਇੱਕ ਇੱਕ ਕਰਕੇ ਸਾਰੇ ਵਾਲ ਪੁੱਟ ਸੁਟੇ ਜਾਣਗੇ ਵਿਚਾਰੀ ਕਾਕਾ ਮਾਸੀ ਕੋਲ ਪਹੁੰਚ ਗਿਆ ਉਹਦੀ ਮਾਸੀ ਅਜਮੈਣਾ ਨੂੰ ਵੇਖ ਕੇ ਆਈ ਸੀ ਉਹਨੇ ਬੜੇ ਸੋਹਣੇ ਕੱਪੜੇ ਪਾਏ ਹੋਏ ਸਨ ਗਹਿਣੇ ਵੀ ਇਹ ਗਹਿਣੇ ਲੋਕਾਂ ਨੇ ਮੰਗਵੇਂ ਦਿੱਤੇ ਸਨ ਗਾਉਣ ਵੀ ਉਹਨਾਂ ਬਿਠਾਇਆ ਸੀ ਉਹ ਕਾਕੇ ਦੀ ਗਲੀ ਦੀ ਹੋਣ ਕਰਕੇ ਮਾਸੀ ਦੀ ਦਿਲਚਸਪੀ ਵਧ ਗਈ ਉਹ ਹਰ ਰਸਮ ਉੱਤੇ ਜਾਂਦੀ ਰਹੀ ਉਹ ਕਾਕੇ ਨੂੰ ਦੱਸਦੀ ਸੀ ਉਹਨੂੰ ਬੜਾ ਰੂਪ ਚੜਿਆ ਹੋਇਆ ਸੀ ਤੇ ਕੱਲ ਉਹਨੂੰ ਡੋਲੇ ਵਿੱਚ ਪਾ ਕੇ ਸ਼ਹਿਰ ਵਿੱਚ ਪੁਹਾਣਗੇ ਉੱਤੋਂ ਫੁੱਲ ਸੁੱਟਣਗੇ ਗੁਲਾਬ ਛਿੜਕਣਗੇ ਕਾਕਾ ਬੜਾ ਬੇਤਾਬ ਸੀ ਆਪਣੀ ਭਾਬੀ ਨੂੰ ਵੇਖਣ ਲਈ ਉਹਨੂੰ ਉਸਨੇ ਇੱਕੋ ਹੀ ਕੱਪੜਿਆਂ ਵਿੱਚ ਵੇਖਿਆ ਹੋਇਆ ਸੀ ਉਹ ਉਹਨਾਂ ਕੱਪੜਿਆਂ ਵਿੱਚ ਵੀ ਬੜੀ ਚੰਗੀ ਲੱਗਦੀ ਹੁੰਦੀ ਸੀ ਗਹਿਣੇ ਉਹਨੂੰ ਕਿਉਂ ਜੇ ਲੱਗਦੇ ਹੋਣਗੇ ਉਹਨੇ ਉਹਨੂੰ ਹੱਸਦਿਆਂ ਕਦੀ ਨਹੀਂ ਸੀ ਵੇਖਿਆ ਮਾਸੀ ਉਹਦਾ ਜ਼ਿਕਰ ਕਰਦੀ ਸੀ ਕਿ ਉਹਦੀ ਮੁਸਕਰਾਹਟ ਬੜਿਆਂ ਦਾ ਦਿਲ ਮੋਹਦੀ ਸੀ ਉਹਦਾ ਦਿੱਤਾ ਰੁਮਾਲ ਉਹਦੀ ਨਿਸ਼ਾਨੀ ਕਾਕੇ ਦੇ ਅੰਦਰਲੇ ਬੋਝੇ ਵਿੱਚ ਸੀ ਉਹਨੇ ਉਹ ਕਿਸੇ ਨੂੰ ਨਹੀਂ ਸੀ ਦੱਸੀ ਪਰ ਉਹਨੂੰ ਉਹ ਵੇਖਦਾ ਰੋਜ਼ ਸੀ ਉਹਨੇ ਹਿੰਦੀ ਦੇ ਅੱਖਰ ਸਿੱਖ ਲਏ ਸਨ ਕਿਉਂਕਿ ਹਿੰਦੀ ਵਿੱਚ ਉਹਦੇ ਉੱਤੇ ਕੱਢਿਆ ਹੋਇਆ ਸੀ ਬੜੇ ਪਿਆਰੇ ਕਾਕੇ ਨੂੰ ਉਹਦੀ ਭਾਬੀ ਵੱਲੋਂ ਉਹਦੀ ਮਾਸੀ ਨੇ ਦੱਸਿਆ ਕਿ ਦੂਜੇ ਦਿਨ ਦੁਪਹਿਰ ਦੇ ਬਾਅਦ ਮੈਨਾ ਦੀ ਢੋਲੀ ਨਿਕਲੇਗੀ ਇਹ ਸਾਰੇ ਬਾਜ਼ਾਰਾਂ ਵਿੱਚੋਂ ਫਰੇਗੀ ਹਰ ਕੋਈ ਉਸ ਨੂੰ ਵੇਖ ਸਕਦਾ ਕਾਕੇ ਨੇ ਦੂਜੇ ਦਿਨ ਮਾਸੀ ਦੇ ਬਾਗ ਵਿੱਚੋਂ ਕਿੰਨੇ ਸਾਰੇ ਫੁੱਲ ਤੋੜ ਕੇ ਰੁਮਾਲ ਵਿੱਚ ਬੰਨ ਲਏ ਸਨ ਤੇ ਜਦੋਂ ਉਹਨਾਂ ਦੇ ਚੌਂਕ ਕੋਲੋਂ ਡੋਲੀ ਲੰਗੀ ਤਾਂ ਉਹ ਜਾਣ ਕੇ ਘਰਦਿਆਂ ਨਾਲੋਂ ਵੱਖਰਾ ਹੋ ਗਿਆ ਉਹ ਵੇਖ ਕੇ ਹੀ ਮੁਰਨਾ ਨਹੀਂ ਸੀ ਚਾਹੁੰਦਾ ਉਹ ਸਾਰੀ ਵਾਟ ਭਾਬੀ ਦੀ ਡੋਲੀ ਨਾਲ ਰਹਿਣਾ ਚਾਹੁੰਦਾ ਸੀ ਵਰਦੀ ਵਾਲਾ ਵਾਜਾ ਵੱਜ ਰਿਹਾ ਸੀ ਜੈਨੀ ਲੋਕ ਸੋਟ ਕਰ ਰਹੇ ਸਨ ਪੈਸਿਆਂ ਰੁਪਈਆਂ ਦੀ ਡੋਲੀ ਵਿੱਚ ਉਹਦੀ ਭਾਬੀ ਗਹਿਣਿਆਂ ਨਾਲ ਲੱਦੀ ਬੈਠੀ ਸੀ ਉਹਦਾ ਮੂੰਹ ਭਾਵੇਂ ਹੋਰ ਹੀ ਤਰ੍ਹਾਂ ਦਾ ਦਿਸਦਾ ਸੀ ਪਰ ਉਹਦੇ ਵਿੱਚ ਪਹਿਲੇ ਮੂੰਹ ਦੀ ਝਲਕ ਵੀ ਕਾਫੀ ਸੀ ਇਸ ਹਸਣੀ ਸੂਰਤ ਨਾਲੋਂ ਉਹਦੀਆਂ ਉਦਾਸ ਅੱਖਾਂ ਕਾਕੇ ਨੂੰ ਕਿਤੇ ਪਿਆਰੀਆਂ ਲੱਗਦੀਆਂ ਸਨ ਲੋਕ ਕਹਿੰਦੇ ਸਨ ਇਸ ਪੂਜਣੀ ਨੂੰ ਲੋਹੜੇ ਦਾ ਰੂਪ ਚੜਿਆ ਪਰ ਕਾਕੇ ਨੂੰ ਇਸ ਖਿਲਾਰੇ ਵਿੱਚੋਂ ਉਹਦੇ ਉਹ ਪਿਆਰੇ ਨਕਸ਼ ਪੂਰੇ ਨਹੀਂ ਸਨ ਦਿਸਦੇ ਉਹ ਜਦੋਂ ਸਮਝਦਾ ਸੀ ਉਹਦੇ ਵੱਲ ਭਾਬੀ ਦਾ ਧਿਆਨ ਹੈ ਉਹ ਫੁੱਲ ਸੁੱਟ ਦਿੰਦਾ ਸੀ ਉਹ ਹੱਥ ਜੋੜਦੀ ਸੀ ਪਰ ਉਹ ਹੱਥ ਉਹਦੇ ਲਈ ਨਹੀਂ ਸਨ ਹੁੰਦੇ ਐਡੀ ਭੀੜ ਵਿੱਚ ਨਿੱਕਾ ਜਿਹਾ ਕਾਕਾ ਉਹਨੂੰ ਕਿਸ ਤਰ੍ਹਾਂ ਦੇ ਸਕਦਾ ਸੀ ਉਹ ਸੋਚਦਾ ਸੀ ਇੱਕ ਮੋੜ ਮੁੜਨ ਲੱਗਿਆਂ ਡੋਲੀ ਅਚਾਨਕ ਉਹਦੇ ਬਹੁਤ ਨੇੜੇ ਆ ਗਈ ਉਦੋਂ ਫੁੱਲਾਂ ਦੀ ਵਰਖਾ ਉੱਤੇ ਮੈਨਾ ਨੇ ਹੱਥ ਜੋੜੇ ਕਾਕਾ ਉਦੋਂ ਫੁੱਲ ਸੁੱਟਣ ਲੱਗਾ ਸੀ ਮੈਨਾ ਨੇ ਪਛਾਣ ਲਿਆ ਉਹਦੀਆਂ ਅਧ ਮੀਟੀਆਂ ਅੱਖਾਂ ਚੌੜੀਆਂ ਖੁੱਲ ਗਈਆਂ ਉਸ ਨੀਝ ਲਾ ਕੇ ਤੱਕਿਆ ਫਿਰ ਹੌਸਲਾ ਕਰਕੇ ਉਸਨੇ ਆਖਿਆ ਕਿ ਉਹਦੀ ਡੋਲੀ ਖੜੀ ਕੀਤੀ ਜਾਏ ਓ ਕਾਕਾ ਸਾਡੀ ਗਲੀ ਦਾ ਏ ਮੇਰੇ ਉੱਤੇ ਫੁੱਲ ਸੁੱਟਣਾ ਚਾਹੁੰਦਾ ਏ ਪਹੁੰਚਦੇ ਨਹੀਂ ਉਹਨੂੰ 1 ਮਿੰਟ ਲਈ ਮੇਰੇ ਕੋਲ ਲਿਆ ਦਿਓ ਇਹ ਵਤੀਰਾ ਅਨੋਖਾ ਸੀ ਪਰ ਪੂਜ ਬਣਨ ਵਾਲੇ ਦੀ ਗੱਲ ਮੋੜੀ ਨਹੀਂ ਜਾਂਦੀ ਲਿਆ ਕਾਕਾ ਇਹ ਤੇਰੇ ਫੁੱਲ ਮੈਂ ਲੈ ਲਵਾ ਤੂੰ ਬੜੀ ਦੂਰੋਂ ਆਇਆ ਏ ਮੇਰੀ ਗਲੀ ਦਾ ਕਾਕਾ ਕਾਕਾ ਬੜਾ ਖੁਸ਼ ਹੋਇਆ ਮੈਨਾ ਭਾਬੀ ਨੇ ਵੇਖ ਲਿਆ ਬੁਲਾ ਕੇ ਹੱਥਾਂ ਨਾਲ ਹੱਥ ਲਾ ਕੇ ਫੁੱਲ ਲੈ ਲਏ ਰੁਮਾਲ ਵੀ ਨਹੀਂ ਮੋੜਿਆ ਖਿਆਲ ਕੀਤਾ ਭਾਬੀ ਨਿਸ਼ਾਨੀ ਰੱਖੇਗੀ ਜਲੂਸ ਪਾਸਰੇ ਉੱਤੇ ਪਹੁੰਚ ਗਿਆ ਲੋਕ ਵਿਦਿਆ ਹੋ ਗਏ ਮੈਨਾ ਅਤੇ ਕੁਝ ਕੁ ਇਸਤਰੀਆਂ ਉਹਦੇ ਨਾਲ ਪਾਸਰੇ ਉੱਤੇ ਚੜ ਗਈਆਂ ਪੌੜੀ ਉੱਤੇ ਪੈਰ ਧਰਨ ਤੋਂ ਪਹਿਲਾਂ ਮੈਨਾ ਨੇ ਤੱਕਿਆ ਕਾਕਾ ਸਾਹਮਣੇ ਹੱਟੀ ਦੇ ਫੱਟੇ ਉੱਤੇ ਖਲੋਤਾ ਆਸਰੇ ਉੱਤੇ ਵੱਡੇ ਪੂਜ ਦੇ ਸਾਹਮਣੇ ਮੈਨਾ ਨੂੰ ਬਿਠਾ ਦਿੱਤਾ ਗਿਆ ਕੀ ਤੂੰ ਆਪਣਾ ਮਨ ਪੂਰਾ ਬਣਾ ਲਿਆ ਵੱਡੇ ਪੂਜ ਨੇ ਪੁੱਛਿਆ ਜੀ ਮਹਾਰਾਜ ਮੈਂ ਬਣਾ ਲਿਆ ਕੱਪੜੇ ਗਹਿਣੇ ਤੈਨੂੰ ਸਭ ਲਾਉਣੇ ਪੈਣਗੇ ਤੇ ਫੇਰ ਜ਼ਿੰਦਗੀ ਵਿੱਚ ਤੂੰ ਇਹਨਾਂ ਨੂੰ ਅੰਗੀਕਾਰ ਨਹੀਂ ਕਰ ਸਕੇਂਗੀ ਜੀ ਮਹਾਰਾਜ ਮੈਨੂੰ ਇਹਨਾਂ ਦੀ ਕੋਈ ਚਾਹ ਨਹੀਂ ਤੂੰ ਉਹੀ ਕੁਝ ਖਾਏ ਪੀਏਂਗੀ ਜੋ ਕੁਝ ਸਾਡੀ ਸ਼੍ਰੇਣੀ ਦੇ ਨਿਯਮ ਅਨੁਸਾਰ ਹੋਵੇਗਾ ਜੀ ਮਹਾਰਾਜ ਮੈਨੂੰ ਚੰਗੇ ਭੋਜਨ ਦੀ ਕੋਈ ਲੋੜ ਨਹੀਂ ਮਰਦਾਂ ਨੂੰ ਛੋਣਾ ਤਾਂ ਕਿਤੇ ਰਹਾ ਇਹਨਾਂ ਦਾ ਖਿਆਲ ਵੀ ਉਸ ਧਰਮ ਵਿੱਚ ਵਿਗਨ ਪਾਏਗਾ ਜਿਹੜਾ ਧਰਮ ਤੂੰ ਚੁਣ ਰਹੀ ਹੈ ਮੈਨਾ ਨੇ ਲੰਮਾ ਸਾ ਲਿਆ ਉਹਦੀ ਜੇਬ ਵਿੱਚ ਛੁਪਾਇਆ ਕਾਕੇ ਦਾ ਰੁਮਾਲ ਖੁੱਲਦਾ ਮਹਿਸੂਸ ਹੋਇਆ ਤੇ ਰੁਮਾਲ ਦੇ ਸਿਰੇ ਨਿੱਕੀਆਂ ਬਾਹਾਂ ਬਣ ਕੇ ਉਹਦੀ ਕਮਰ ਦੁਆਲੇ ਲਪਟ ਗਏ ਔੜਕ ਕੁਝ ਸੰਭਲ ਕੇ ਉਸਨੇ ਉੱਤਰ ਦਿੱਤਾ ਹਾਂ ਮਹਾਰਾਜ ਇਹ ਵੀ ਮੈਂ ਪ੍ਰਵਾਨ ਕਰ ਹੁਣ ਤੂੰ ਉਸ ਕਮਰੇ ਵਿੱਚ ਜਾ ਕੇ ਇਹ ਕੱਪੜੇ ਲਾ ਦੇ ਜਿਹੜੇ ਕੱਪੜੇ ਤੈਨੂੰ ਦਿੱਤੇ ਜਾਣਗੇ ਪਾ ਲੈ ਤੇ ਫਿਰ ਤੈਨੂੰ ਇਹ ਆਪਣੇ ਕੇਸ ਕਟਾਣੇ ਹੋਣਗੇ ਤੇ ਉਸ ਤੋਂ ਬਾਅਦ ਤੈਨੂੰ ਤੇਰੀ ਪੂਜ ਮਾਤਾ ਦੱਸੇਗੀ ਕਿਸ ਤਰ੍ਹਾਂ ਪੋਟਿਆਂ ਨਾਲ ਹਰ ਇੱਕ ਵਾਲ ਪੁੱਟਿਆ ਜਾ ਸਕਦਾ ਹੈ ਵਾਲਾਂ ਦੇ ਕੱਟਣ ਪੁੱਟਣ ਦਾ ਜ਼ਿਕਰ ਸੁਣ ਕੇ ਉਹ ਉਠਦਾ ਹੌਕਾ ਨਾ ਰੋਕ ਸਕੀ ਤੇ ਬੜਾ ਹੌਸਲਾ ਕਰਕੇ ਬੋਲੀ ਪੂਜ ਪਿਤਾ ਜੀ ਮੈਨੂੰ ਵਾਲ ਰੱਖਣ ਦੀ ਆਗਿਆ ਨਹੀਂ ਦੇ ਸਕਦੇ ਇਹ ਕਿਸ ਤਰ੍ਹਾਂ ਹੋ ਸਕਦਾ ਵੱਡਾ ਪੂਜ ਬੜਾ ਹੈਰਾਨ ਹੋ ਕੇ ਬੋਲਿਆ ਮੈਂ ਜਾਣਦੀ ਹਾਂ ਇਹ ਮੇਰੀ ਮੰਗ ਅਨੋਖੀ ਹੈ ਮੈਨਾਂ ਦੇ ਇੱਕਦਮ ਅੰਦਰੋਂ ਕੋਈ ਤਾਕਤ ਜਿਹੀ ਆ ਰਹੀ ਸੀ ਪਰ ਜੇ ਤੁਸੀਂ ਮੰਨ ਲਓ ਮੈਂ ਤੁਹਾਨੂੰ ਕਦੇ ਉਲੰਭਾ ਨਹੀਂ ਦਵਾਵਾਂਗੀ ਮੇਰੇ ਅੰਦਰ ਪਤਾ ਨਹੀਂ ਕੀ ਬੱਜਾ ਰੁਕਿਆ ਹੋਇਆ ਹੈ ਮੈਂ ਤੁਹਾਡੀ ਉਹੋ ਜਿਹੀ ਸੇਵਕ ਬਣਾਂਗੀ ਕਿ ਸਾਰੀ ਕੌਮ ਅਚੰਭਾ ਕਰੇਗੀ ਮੇਰੇ ਵਾਲ ਨਾ ਕੱਟੇ ਜਾਣ ਪਰ ਇਹ ਕਦਾਜਿਤ ਹੋਣ ਵਾਲੀ ਗੱਲ ਨਹੀਂ ਤੈਨੂੰ ਪਤਾ ਨਹੀਂ ਸੀ ਮੈਨੂੰ ਪਤਾ ਸੀ ਮੈਂ ਜਾਣਦੀ ਸਾਂ ਮੈਂ ਵਾਲ ਕਟਾ ਲਵਾਂਗੀ ਪਰ ਹੁਣ ਜਦੋਂ ਕੱਟਣ ਦਾ ਵੇਲਾ ਆਇਆ ਮੈਨੂੰ ਜਾਪ ਰਿਹਾ ਹੈ ਕਿ ਇਹ ਮੇਰੇ ਵਾਲ ਜਿਉਂਦੇ ਨਹੀਂ ਇਹ ਮੇਰੀ ਜਾਨ ਵਿੱਚੋਂ ਉੱਗੇ ਹੋਏ ਨੇ ਇਹਨਾਂ ਨੂੰ ਜਦੋਂ ਕੰਗਾ ਵਾਹਦੀ ਸਾਂ ਤੇ ਇਹ ਹਰ ਝਟਕੇ ਨਾਲ ਜਦੋਂ ਮੇਰੀਆਂ ਲੱਤਾਂ ਨਾਲ ਲੱਗਦੇ ਸਨ ਇਹਨਾਂ ਵਿੱਚ ਕੋਈ ਜਿਉਂਦੀ ਛੋਹ ਸੀ ਕਈ ਸਾਲ ਸਿਵਾਏ ਇਹਨਾਂ ਦੇ ਮੈਂ ਕਿਸੇ ਨਾਲ ਗੱਲ ਨਹੀਂ ਕੀਤੀ ਫਿਰ ਮੱਥਾ ਠੇਕ ਕੇ ਬੋਲੀ हे ਪਰਮਪੂਜ ਇੱਕ ਵਾਰੀ ਅਣਹੋਣੀ ਵੀ ਕਰ ਵੇਖੋ ਤੁਸੀਂ ਆਪਣੇ ਫੈਸਲੇ ਉੱਤੇ ਕਦੇ ਨਹੀਂ ਪਛਤਾਓਗੇ ਵੱਡੇ ਪੂਜ ਦਾ ਦਿਲ ਪਸੀਜ ਤਾਂ ਗਿਆ ਪਰ ਪੂਜ ਇਸਤਰੀ ਦੇ ਵਾਲ ਵੇਖ ਕੇ ਲੋਕ ਕੀ ਆਖਣਗੇ ਨਹੀਂ ਬੀਬੀ ਇਹ ਗੱਲ ਤੇਰੀ ਮੰਨੀ ਨਹੀਂ ਜਾਣੀ। ਫਿਰ ਹੇ ਪੂਜਪਿਤਾ ਮੈਨੂੰ 5 ਮਿੰਟ ਇਕੱਲਿਆਂ ਆਪਣੇ ਮਨ ਨੂੰ ਸਮਝਾ ਲੈਣ ਦਿਓ। ਮੈਨਾ ਨੇ ਮਨ ਪੱਕਾ ਕਰਕੇ ਆਖਿਆ। ਹਾਂ ਜਾਓ ਸਾਹਮਣੀ ਰੌਂਸ ਉੱਤੇ ਬਹਿ ਕੇ ਸੋਚ ਲਓ। ਮੈਨਾ ਉੱਠੀ ਤੇ ਹੌਲੀ-ਹੌਲੀ ਪਰ ਪੱਕੇ ਪੈਰ ਧਰਦੀ ਹੋਈ ਸਾਹਮਣੀ ਰੌਂਸ ਉੱਤੇ ਜਾ ਬੈਠੀ। ਇਸ ਰੌਂਸ ਦੇ ਬੰਨਿਓਂ ਢੇਹਾ ਬਾਜ਼ਾਰ ਸੀ। ਕੁਝ ਚਿਰ ਬਾਅਦ ਮੈਨਾ ਉੱਠ ਬੈਠੀ। ਇਹ ਇਸਤਰੀ ਹੈ ਕੋਈ ਅਨੋਖੀ। ਮੈਂ ਕਈ ਇਸਤਰੀਆਂ ਦੀ ਇਹ ਰਸਮ ਅਦਾ ਕੀਤੀ ਹੈ। ਪਰ ਇਹਦਾ ਸਭ ਕੁਝ ਸੋਚਾਂ ਵਿੱਚ ਪਾਉਣ ਵਾਲਾ ਹੈ ਜੇ ਇਹ ਪੁਜਾਰਨ ਬਣ ਗਈ ਤਾਂ ਬੜੀ ਸ਼ੋਹਰਤ ਹਾਸਲ ਕਰੇਗੀ ਪਰ ਉਹ ਉਹ ਰੌਂਸ ਤੇ ਖਲੋ ਕਿਉਂ ਗਈ ਦੂਜੇ ਨੇ ਘਬਰਾ ਕੇ ਆਖਿਆ ਵੱਡੇ ਪੂਜ ਨੇ ਵੀ ਤੱਕਿਆ ਮੈਂ ਨਾ ਰੌਂਸ ਦੇ ਉੱਤੇ ਖਲੋ ਗਈ ਸੀ ਉਸਨੇ ਆਪਣੀ ਨਿੱਕੀ ਉਂਗਲ ਜੂੜੇ ਵਿੱਚ ਫੇਰੀ ਜੂੜਾ ਖੁੱਲ ਗਿਆ ਵਾਲ ਕਮਰ ਤੋਂ ਹੇਠਾਂ ਲਮਕ ਪਏ ਨਿੱਕੀ ਨਿੱਕੀ ਹਵਾ ਵਿੱਚ ਉਹਨਾਂ ਦੀਆਂ ਪਤਲੀਆਂ ਬੂੰਬਲਾਂ ਸਰਸਰ ਉੱਡ ਰਹੀਆਂ ਸਨ ਕਿੱਡੇ ਲੰਬੇ ਓ ਸਾਰੇ ਉੱਠ ਕੇ ਪੌੜੀਆਂ ਵੱਲ ਦੌੜੇ ਰੌਂਸ ਉੱਤੇ ਕੋਈ ਇਸਤਰੀ ਨਹੀਂ ਸੀ ਖਲੋਤੀ ਹੋਈ ਸਾਰੇ ਥੱਲੇ ਪਹੁੰਚੇ ਬਾਜ਼ਾਰ ਵਿੱਚ ਹਾਹਾਕਾਰ ਮੱਚੀ ਹੋਈ ਸੀ ਇੱਕ ਮੁੰਡਾ ਟੁੱਟੀ ਫਿੱਸੀ ਮੈਨਾ ਦੇ ਸਰਾਣੇ ਬੈਠਾ ਸੀ ਉਸਨੇ ਖਿਲਰੇ ਹੋਏ ਵਾਲ ਮੱਥੇ ਤੋਂ ਪਰਾਂ ਹਟਾ ਕੇ ਚੀਰ ਸਿੱਧਾ ਕਰ ਦਿੱਤਾ ਸੀ ਕਾਲੇ ਕੇਸਾਂ ਵਿੱਚ ਕਿਤੇ ਕਿਤੇ ਸੰਧੂਰ ਵਾਂਗ ਲਹੂ ਲਿਸ਼ਕ ਰਿਹਾ ਸੀ ਮੁੰਡੇ ਦੀਆਂ ਅੱਖਾਂ ਵਿੱਚੋਂ ਤਾਰ-ਤਾਰ ਹੰਝੂ ਡਿੱਗ ਰਹੇ ਸਨ ਤੇ ਉਹ 헤ਠਾਂ ਪਈ ਇਸਤਰੀ ਦੀਆਂ ਅੱਖਾਂ ਵਿੱਚ ਤੱਕ ਰਿਹਾ ਸੀ ਇਹ ਅੱਖਾਂ ਖੁੱਲੀਆਂ ਸਨ ਅੱਗੇ ਇਹਨਾਂ ਦਾ ਰੰਗ ਕਾਕੇ ਨੇ ਕਦੇ ਨਹੀਂ ਸੀ ਵੇਖਿਆ ਉਸ ਕਾਲੀ ਰਾਤ ਵਰਗੀਆਂ ਜਿਹੜੀ ਰਾਤ ਅਖੀਰੀ ਉਹਨੇ ਉਹਨੂੰ ਜਗਾਇਆ ਸੀ ਪਰ ਉਸ ਰਾਤ ਦੀਆਂ ਡੂੰਘਾਈਆਂ ਵਿੱਚ ਕੋਈ ਸੂਰਜ ਲੁਕਿਆ ਹੋਇਆ ਸੀ ਕਦੇ ਉਹਨੂੰ ਹਨੇਰੇ ਵਿੱਚੋਂ ਵੀ ਉਹ ਰਾਤੀ ਲੱਭਦਾ ਸੀ ਉਹ ਹੁਣ ਵੀ ਓਡੀਆਂ ਹੀ ਕਾਲੀਆਂ ਤੇ ਓਡੀਆਂ ਹੀ ਰੌਸ਼ਨ ਸਨ ਉਹ ਖੁੱਲੀਆਂ ਹੋਈਆਂ ਸਨ ਪਰ ਉਹਨਾਂ ਵਿੱਚ ਇਸ ਵੇਲੇ ਕੋਈ ਸੂਰਜ ਨਹੀਂ ਸੀ ਇਸੀ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਕਹਾਣੀ ਭਾਬੀ ਮੈਨਾ ਅਜਈਆਂ ਹੋਰ ਕਹਾਣੀਆਂ ਤੇ ਪੰਜਾਬੀ ਸਾਹਿਤੀਆਂ ਹੋਰ ਵਨਗੀਆਂ ਸੁਣਨ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ